ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣੋ, ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਬਹੁਤ ਹੀ ਜ਼ਿਆਦਾ ਸੈਡ ਆ। ਆਪਣੀ ਇਕੱਲੀ ਕਮਿਊਨਿਟੀ ਵਿੱਚ ਤਾਂ ਖੈਰ ਨਹੀਂ, ਸਾਰੀ ਦੁਨੀਆ ਵਿੱਚ ਹੀ, ਸਾਰੀ ਕਮਿਊਨਿਟੀਜ਼ ਵਿੱਚ ਹੀ ਇਹ ਕਾਫੀ ਪ੍ਰੋਬਲਮ ਬਣ ਚੁੱਕੀ ਆ, ਜੋ ਹੈਗਾ ਡਿਵੋਰਸ ਰੇਟ ਕਿੰਨੇ ਜ਼ਿਆਦਾ ਹਾਈ ਹੋ ਗਏ ਆ। ਸੋ ਮੈਂ ਪਿਛਲੇ 6 ਕੇਸਿਸ ਵਿੱਚ ਜੋ ਡੀਲ ਕੀਤੀ ਆ ਉਹਦੇ ਬੇਸ 'ਤੇ ਮੈਂ ਦੱਸ ਸਕਦਾ ਇਹ ਕੰਮ ਕੋਈ ਇੰਨੇ ਸੌਖੇ ਨਹੀਂ ਹੁੰਦੇ, ਇਹਨਾਂ ਨਾਲ ਡੀਲ ਕਰਨੀ ਕੋਈ ਸੌਖੀ ਨਹੀਂ ਹੁੰਦੀ। ਜ਼ਿੰਦਗੀਆਂ ਬਹੁਤ ਜ਼ਿਆਦਾ ਤਬਾਹ ਹੁੰਦੀਆਂ, ਗੱਲ ਕਈ ਛੋਟੀਆਂ ਹੀ ਹੁੰਦੀਆਂ, ਵੱਡੀਆਂ ਨੀਆਂ ਨਹੀਂ ਹੁੰਦੀਆਂ। ਜਿੱਥੇ ਗੱਲਾਂ ਬਹੁਤ ਵੱਡੀਆਂ ਹੋ ਗਈਆਂ, ਜਿੱਥੇ ਕਿਤੇ ਤੁਹਾਡੇ ਲਾਈਫ ਪਾਰਟਨਰ, ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਆ, ਜੇ ਤਾਂ ਉਹਦਾ ਕਿਤੇ ਉਹ ਗਲਤ ਆ ਬਿਲਕੁਲ ਹੀ, ਉਹਦਾ ਰਿਲੇਸ਼ਨ ਕਿਤੇ ਬਾਹਰ ਆ, ਉਹ ਗੱਲ ਬਹੁਤ ਡਿਫਰੈਂਟ ਹੋ ਜਾਂਦੀ ਆ। ਪਰ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਏਡੇ ਵੱਡੇ ਡਿਸੀਜ਼ਨ ਨਹੀਂ ਲਈ ਦੇ ਹੁੰਦੇ, ਵਰਕਆਊਟ ਕਰਨ ਦੀ ਕੋਸ਼ਿਸ਼ ਕਰੀ ਦੀ ਹੁੰਦੀ ਆ। ਸੋ ਇਹਦੇ ਵਿੱਚ ਪਰਿਵਾਰਾਂ ਦਾ, ਮਾਤਾ ਪਿਤਾ, ਭੈਣਾਂ ਭਰਾਵਾਂ ਅਤੇ ਰਿਸ਼ਤੇਦਾਰਾਂ ਦਾ, ਅਤੇ ਈਵਨ ਕਿ ਯਾਰਾਂ ਦੋਸਤਾਂ ਦਾ ਬਹੁਤ ਵੱਡਾ ਹੱਥ ਹੋ ਸਕਦਾ ਆ। ਆਪਾਂ ਬਹੁਤ ਹੈਲਪ ਕਰ ਸਕਦੇ ਕਿਸੇ ਦੇ ਰਿਸ਼ਤੇ ਨੂੰ ਜੋੜੀ ਰੱਖਣ ਲਈ। ਜਦੋਂ ਆਨੰਦ ਕਾਰਜ ਹੁੰਦਾ, ਜਦੋਂ ਵਿਆਹ ਹੁੰਦਾ ਆ, ਉਹ ਇਕੱਲਾ ਆਪਣੇ ਖਾਸ ਕਰ ਕਮਿਊਨਿਟੀ ਵਿੱਚ ਉਹ ਇਕੱਲਾ ਕੁੜੀ ਅਤੇ ਮੁੰਡੇ ਦਾ ਹੀ ਨਹੀਂ ਹੁੰਦਾ, ਉਹ ਦੋ ਪਰਿਵਾਰਾਂ ਦਾ ਹੁੰਦਾ ਆ, ਉਹ ਕਿੰਨਿਆਂ ਹੀ ਰਿਸ਼ਤੇਦਾਰਾਂ ਦਾ ਹੁੰਦਾ ਆ। ਖਾਸ ਕਰਕੇ ਦੋਨੇ ਸਾਈਡਾਂ ਦੇ ਮਾਂ ਪਿਓ ਅਤੇ ਭੈਣਾਂ ਭਰਾਵਾਂ ਦੇ ਆਪਸ ਵਿੱਚ ਬਹੁਤ ਜ਼ਿਆਦਾ ਕਲੋਜ਼ਲੀ ਰਿਲੇਟਡ ਹੋ ਜਾਂਦੇ ਆ, ਬਹੁਤ ਜ਼ਿਆਦਾ ਇਮੋਸ਼ਨਲੀ ਇਨਵੋਲਵਡ ਹੁੰਦੇ ਆ। ਸੋ ਜਦੋਂ ਕਿਸੇ ਦਾ ਰਿਲੇਸ਼ਨ ਟੁੱਟਦਾ ਆ, ਸੋ ਉਹ ਇਕੱਲਾ ਇੱਕ ਬੰਦਾ ਇੰਪੈਕਟ ਨਹੀਂ ਉਹਦੇ ਨਾਲ ਹੁੰਦਾ, ਜਿੱਦਾਂ ਕਈ ਕਮਿਊਨਿਟੀਜ਼ ਵਿੱਚ, ਵੈਸਟਰਨ ਕੰਟਰੀਆਂ ਵਿੱਚ ਵੀ ਕਹਿ ਲਓ, ਉੱਥੇ ਕਈ ਵਾਰੀ ਇਕੱਲੇ ਇਕੱਲੇ ਹੁੰਦੇ ਅਤੇ ਇਕੱਲੀ ਇਕੱਲੀ ਜ਼ਿੰਦਗੀ 'ਤੇ ਅਸਰ ਪੈਂਦਾ, ਜੋ ਕਿ ਉਹ ਵੀ ਸੌਖਾ ਨਹੀਂ। ਪਰ ਆਪਣੀ ਕਮਿਊਨਿਟੀਜ਼ ਵਿੱਚ ਸਾਰਾ ਪਰਿਵਾਰ ਹੀ ਇੰਪੈਕਟ ਹੁੰਦਾ ਹੈ, ਬਹੁਤ ਜ਼ਿਆਦਾ ਟੁੱਟ ਜਾਂਦਾ ਪਰਿਵਾਰ, ਹਰੇਕ ਚੀਜ਼ ਦੀ ਬਰਬਾਦੀ ਹੁੰਦੀ ਆ। ਸੋ ਜਦੋਂ ਗੁਰੂ ਸਾਹਮਣੇ ਕਿਸੇ ਨੂੰ ਆਪਣਾ ਮੰਨ ਲਈਏ ਨਾ, ਗੁਰੂ ਸਾਹਮਣੇ ਫੇਰੇ ਲੈ ਲਈਏ, ਪਰ ਇੱਦਾਂ ਉਹਨਾਂ ਨੂੰ ਛੱਡੀਦਾ ਨਹੀਂ ਹੁੰਦਾ। ਅਤੇ ਬਹੁਤ ਹੀ ਪ੍ਰੋਬਲਮ ਇਹ ਆ, ਹੰਕਾਰ, ਈਗੋ ਆ ਜਾਂਦੀ ਆ ਵੀ ਮੈਂ ਬਹੁਤ ਸਮਾਰਟ ਹਾਂ, ਮੈਂ ਬਹੁਤ ਇੱਦਾਂ ਹਾਂ, ਇੰਨੇ ਹੰਕਾਰ 'ਚ ਨਹੀਂ ਆਈਦਾ ਹੁੰਦਾ। ਜਾਂ ਕਿਤੇ ਬਾਹਰ ਕੋਈ ਹੋਰ ਵਧੀਆ ਮਿਲ ਗਿਆ, ਰਿਲੇਸ਼ਨਸ਼ਿਪ ਵਿੱਚ ਚੀਟ ਕਰਨਾ, ਜੋ ਈਗੋ ਆ, ਗਰੀਡ ਆ, ਲਸਟ ਆ, ਇਹਨੇ ਬਹੁਤ ਰਿਲੇਸ਼ਨ ਤਬਾਹ ਕਰਤੇ ਆ। ਪਹਿਲਾਂ ਹੀ ਨਾ ਕਰਿਆ ਕਰੋ ਆਨੰਦ ਕਾਰਜ, ਜਿੰਨਾ ਹੀ ਤੁਹਾਨੂੰ ਹੁੰਦਾ ਆਪਣੇ ਆਪ 'ਤੇ। ਇੱਧਰ ਆਉਣ ਲਈ, ਕਿ ਇੱਧਰ ਆਉਣ ਲਈ ਕਰਵਾ ਲੈਂਦੇ ਆ, ਬਾਹਰਲੇ ਮੁਲਕਾਂ 'ਚ ਆਉਣ ਨੂੰ ਕਰਵਾ ਲੈਂਦੇ ਆ, ਮੁੜ ਕੇ ਏਅਰਪੋਰਟ ਤੋਂ ਛੱਡ ਕੇ ਭੱਜ ਜਾਂਦੇ ਆ ਜਾਂ ਭੱਜ ਜਾਂਦੀਆਂ ਆ। ਕਈਆਂ ਨੂੰ ਕੋਈ ਹੋਰ ਮਿਲ ਜਾਂਦਾ, ਮੁੜ ਕੇ ਉਹ ਪੁਰਾਣਿਆਂ ਨੂੰ ਐਵੇਂ ਸਮਝਦੇ ਛੱਡ ਦਿੰਦੇ ਆ, ਬੱਚਿਆਂ ਦੀ ਜ਼ਿੰਦਗੀ ਵੀ ਰੋਲਦੇ ਆ ਅਤੇ ਆਪਣੀ ਜ਼ਿੰਦਗੀ ਵੀ ਰੋਲਦੇ ਆ। ਗਾਂ ਇਹ ਸਜਾਵਾਂ ਤਾਂ ਮਿਲਣੀਆਂ ਇਹਦੀਆਂ, ਸਾਰਿਆਂ ਨੂੰ ਮਿਲਣੀਆਂ ਆ। ਮਾਰੇ ਕਹਿੰਦੇ ਆ